ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਇਮਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦੇ ਨਾਲ ਲੜਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਾਡੀ ਸਿੱਖ ਕੌਮ ਦੇ ਜਥੇਦਾਰ ਹਮੇਸ਼ਾ ਹੀ ਆਪਣਾ ਵੱਖਰਾ ਮਿਸਾਲ ਪੈਦਾ ਕਰਦੇ ਹੋਏ ਨਜ਼ਰ ਆਉਂਦੇ ਹਨ, ਹਮੇਸ਼ਾ ਹੀ ਜ਼ੁਲਮਾਂ ਦੇ ਨਾਲ ਟਕਰਾ ਵੀ ਲੈਂਦੇ ਹਨ। ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਸਹੀ ਨਹੀਂ ਹੈ, ਸਗੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਮੰਗ ਪੱਤਰ ਦੇਣ ਆਏ ਹਾਂ, ਜਿਹੜਾ ਕਿ ਪ੍ਰਤਾਪ ਸਿੰਘ ਜੀ ਉਹਨਾਂ ਦੇ ਸਕੱਤਰ ਨੇ ਸਾਡੇ ਤੋਂ ਲਿੱਤਾ ਹੈਗਾ। ਉਹਦੇ ਵਿੱਚ ਅਸੀਂ ਗੱਲ ਰੱਖੀ ਹੈ ਕਿ ਸਿੱਖ ਕੌਮ ਦੇ ਉੱਤੇ ਵੱਡੇ ਹਮਲੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੈਨੇਡਾ 'ਚ, ਅਮਰੀਕਾ 'ਚ ਹੋ ਰਹੇ ਹੈ। ਮੈਂ ਬਹੁਤ ਹੈਰਾਨ ਹੈ ਕਿ ਅੱਜ ਦੇ ਜਥੇਦਾਰ ਛੋਟੀਆਂ ਧਮਕੀਆਂ ਦੇ ਉੱਤੇ ਅਹੁਦੇ ਅਕਾਲ ਤਖਤ ਸਾਹਿਬ ਦੇ ਦਮਦਮਾ ਸਾਹਿਬ ਦੇ ਛੱਡ ਕੇ ਹੰਝੂ ਵਗਾ ਕੇ ਪਿੱਛੇ ਨੂੰ ਪੈਂਦੇ ਹੈ। ਇਹ ਅਕਾਲ ਤਖਤ ਦੇ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਮੁਰਾਦਾਂ ਨਹੀਂ ਹੈ। ਸਾਡੇ ਜਥੇਦਾਰ ਦ੍ਰਿੜਤਾ ਨਾਲ ਰੱਬ ਦੇ ਨਾਲ ਨਾਲ ਬੇਡਰ ਹੋ ਕੇ ਪੰਥ ਦੇ ਸਾਹਮਣੇ ਪੇਸ਼ ਹੋ ਕੇ ਆਪਣੀਆਂ ਮੁਸ਼ਕਲਾਂ ਹੱਲ ਕਰਦੇ ਹੈ। ਅਸਤੀਫੇ ਦੇ ਦੇਣਾ, ਭੱਜ ਜਾਣਾ, ਆਪਣਾ ਕੰਮ ਨਾ ਕਰਨਾ, ਇਹ ਕੋਈ ਚੰਗੀ ਮਰਿਆਦਾ ਨਹੀਂ ਹੈ। ਇਹ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਸਰਬੰਸ ਦਾਨ ਕਰਕੇ ਦਮਦਮਾ ਸਾਹਿਬ ਬੈਠੇ ਕਹਿੰਦੇ ਜੀਵਤ ਹੈ ਹਜ਼ਾਰੋ ਅਤੇ ਹੌਸਲਾ ਰੱਖਦੇ ਸੀਗੇ, ਇਹਨਾਂ 'ਚ ਵੀ ਹੌਸਲਾ ਹੋਣਾ ਚਾਹੀਦਾ। ਇਹ ਅਸਤੀਫੇ 'ਤੇ ਬਹੁਤ ਕਮਜ਼ੋਰੀ ਮੈਨੂੰ ਲੱਗਦੀ ਹੈਗੀ ਹੈ, ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।